ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਬੇਬੇ ਨਾਨਕੀ ਦਾ 560ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ। ਬਹੁਤ ਸਾਰੀਆਂ ਦੇਸ਼ ਤੋਂ ਸੰਗਤਾਂ ਆਈਆਂ, ਦੇਸ਼ ਦੀਆਂ ਸੰਗਤਾਂ ਰਲ ਮਿਲ ਕੇ ਖੁਸ਼ੀਆਂ ਚਾਵਾਂ ਦੇ ਨਾਲ ਇਹ ਸਮਾਗਮ ਮਨਾ ਰਹੀਆਂ। ਸਾਰੀਆਂ ਸੰਗਤਾਂ ਲੱਖ ਲੱਖ ਵਧਾਈ ਹੋਵੇ। ਬੇਬੇ ਨਾਨਕੀ ਬਹੁਤ ਮਹਾਨ ਬੇਬੇ ਨਾਨਕੀ ਹੋਏ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 500 ਸਾਲ ਵੱਡੇ ਸੀ। ਹਰ ਸਮੇਂ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦਾ ਇੰਨਾ ਖਿਆਲ ਰੱਖਦੇ ਸੀ ਵੀ ਬਚਪਨ ਤੋਂ ਲੈ ਕੇ ਉਹਨਾਂ ਨੇ ਸਾਥ ਨਿਭਾਇਆ ਔਰ ਰੱਬ ਰੂਪ ਕਰਕੇ ਜਾਣਿਆ ਉਹਨੂੰ, ਔਰ ਹਰ ਪੱਖੋਂ ਉਹਨਾਂ ਦੀ ਮਦਦ ਕੀਤੀ ਆ। ਇੱਥੇ ਆਪਣੇ ਦਿਮਾਗ ਲਿਆ ਕੇ ਰੱਖੇ ਆ ਬੇਬੇ ਨਾਨਕੀ ਨੇ। ਸੋ ਇਸ ਵਾਸਤੇ ਬੇਬੇ ਨਾਨਕੀ ਬਹੁਤ ਮਹਾਨ ਆ, ਜਿਹਨਾਂ ਨਾਮ ਸਾਰੀ ਦੁਨੀਆਂ 'ਚ ਇਸ ਵਕਤ ਚਮਕ ਰਹੇ ਆ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਦੇ ਜਨਮ ਦਿਹਾੜੇ ਨੂੰ, 560 ਸਾਲ ਨੂੰ। ਸੰਗਤ ਨੂੰ ਲੱਖ ਲੱਖ ਵਧਾਈਆਂ। ਬੜਾ ਉਤਸ਼ਾਹ ਵਾ, ਬੜੀ ਉਤਸ਼ਾਹ ਨਾਲ ਸੰਗਤ ਜੀ ਗੁਰਪੁਰਬ ਚੱਲ ਕਰ ਰਹੇ ਆ। ਅੱਜ ਨਗਰ ਕੀਰਤਨ ਨਿਕਲ ਰਿਹਾ ਵਾ, ਵਿਦੇਸ਼ਾਂ ਤੋਂ ਬਹੁਤ ਸੰਗਤ ਆਈ ਆ, ਲੋਕਲੀ ਸੰਗਤ ਬਹੁਤ ਆ। ਬਹੁਤ ਬਹੁਤ ਧੰਨਵਾਦ ਜੀ, ਬੜੀ ਸੰਗਤ ਦਾ ਉਤਸ਼ਾਹ ਵਾ ਗੁਰਪੁਰਬ ਮਨਾਉਣ ਦਾ। ਮੇਰੇ ਨਾਲ ਬਾਬਾ ਜਸਪਾਲ ਸਿੰਘ ਜੀ ਜਿਹੜੇ ਲੰਗਰ ਦੀਆਂ ਸੇਵਾਵਾਂ ਕਰ ਰਹੇ ਆ, 24 ਘੰਟੇ ਦਿਨ ਰਾਤ ਲੰਗਰ ਦੀਆਂ ਸੇਵਾਵਾਂ ਕਰ ਰਹੇ ਆ। ਇਹਨਾਂ ਨਾਲ ਜਿੰਨੇ ਹੋਰ ਸੰਗਤ ਨਾਲ ਦਿਨ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰ ਰਹੇ ਆ। ਹੋਰ ਵੀ ਜਿੰਨੀਆਂ ਸੰਗਤ ਆਈਆਂ ਆਈਆਂ ਅਸੀਂ ਉਹਨਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦੇ ਗੁਰਪੁਰਬ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਧੰਨ ਧੰਨ ਬੇਬੇ ਨਾਨਕੀ ਜੀ ਦਾ 560ਵਾਂ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਬੇਬੇ ਨਾਨਕੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਮਨਾ ਰਹੀਆਂ। ਸੋ ਅੱਜ ਮਹਾਨਗਰ ਕੀਰਤਨ ਸਜਾਏ ਗਏ ਆ, ਬੜੀ ਕਿਰਪਾ ਹੋਈ ਆ, ਸੰਗਤਾਂ ਵੱਡੀ ਗਿਣਤੀ 'ਚ ਦਰਸ਼ਨ ਕਰ ਰਹੀਆਂ ਵਾ। ਸੋ ਥਾਂ ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਸਵਾਗਤ ਕਰ ਰਹੀਆਂ। ਮੈਂ ਸਮੂਹ ਸੰਗਤਾਂ ਨੂੰ ਇਸ ਮਹਾਨ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬੇਬੇ ਨਾਨਕੀ ਜੀ ਦੇ 560ਵੇਂ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਸੁਲਤਾਨਪੁਰ ਲੋਧੀ ਦੀ ਧਰਾ ਤੇ ਮਹਾਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਾਵਨ ਛਤਰ ਛਾਇਆ ਹੇਠ 5 ਪਿਆਰੇ ਸਾਹਿਬਾਨ ਦੀ ਅਗਵਾਈ ਦੇ ਵਿੱਚ ਚੈਰੀਟੇਬਲ ਟਰੱਸਟ ਧੰਨ ਧੰਨ ਬੇਬੇ ਨਾਨਕੀ ਜੀ ਗੁਰਦੁਆਰਾ ਬੇਬੇ ਨਾਨਕੀ ਜੀ ਤੋਂ ਸੰਗਤਾਂ ਦੇ ਠਾਠਾ ਮਾਰਦੇ ਘੜ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਅਲੌਕਿਕ ਕ੍ਰਿਸ਼ਮਿਆਂ ਦੇ ਨਾਲ ਆਰੰਭ ਹੋਇਆ ਹੈ, ਜੋ ਕਿ ਇਸ ਸਮੇਂ ਆਪਣੀ ਮੰਜ਼ਲੇ ਮਕਸੂਦ ਨੂੰ ਤੈਅ ਕਰ ਰਿਹਾ ਹੈ। ਇਸ ਸਮੇਂ ਸਾਡੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਮਹਾਂਪੁਰਸ਼ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ। ਵੱਖ ਵੱਖ ਧਾਰਮਿਕ ਜਥੇਬੰਦੀਆਂ ਇਸ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਭਾਰੀ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਸਮੇਂ ਦਾਸ ਦੇ ਨਾਲ ਖਲੋਤੇ ਹੋਏ ਹਨ ਬਾਬਾ ਜਸਪਾਲ ਸਿੰਘ ਜੀ, ਛੱਟੇ ਟਿੱਬੇ ਵਾਲੇ ਮਹਾਂਪੁਰਸ਼, ਜਿਨ੍ਹਾਂ ਨੇ ਪਰਸੋਂ ਦੇ ਰੋਜ਼ ਤੋਂ ਗੁਰੂ ਕੇ ਲੰਗਰਾਂ ਦੇ ਵਿੱਚ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਇਸੇ ਹੀ ਤਰ੍ਹਾਂ ਗੁਰੂ ਨਾਨਕ ਸੇਵਕ ਜਥਾ ਉਹਨਾਂ ਦੇ ਵੱਲੋਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ ਲੰਗਰ ਲਾਇਆ ਗਿਆ ਹੈ। ਧਾਰਮਿਕ ਜਥੇਬੰਦੀਆਂ ਸੇਵਾਵਾਂ ਕਰ ਰਹੀਆਂ ਹਨ। ਸ਼ਬਦ ਕੀਰਤਨੀ ਜਥੇ ਨਗਰ ਕੀਰਤਨ ਦੇ ਵਿੱਚ ਇਸ ਸਮੇਂ ਗੁਰ ਸ਼ਬਦ ਦੇ ਦੁਆਰਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਸ ਸ਼ੁਭ ਦਿਹਾੜੇ ਦੇ
ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।